ਪੰਜਾਬ ਭਾਜਪਾ ਦੇ ਜਨਰਲ ਸੈਕਟਰੀ ਸੁਭਾਸ਼ ਸ਼ਰਮਾ ਨੰਗਲ ਵਿਖੇ ਪਹੁੰਚੇ ਜਿੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਿਮਾਚਲ ਦੇ ਵਿੱਚ ਦੁਬਾਰਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾ ਰਹੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਿਮਾਚਲ ਅੰਦਰ ਨਾ ਤਾਂ ਉਹਨਾਂ ਦਾ ਝੰਡਾ ਹੈ ਤੇ ਨਾ ਹੀ ਕੋਈ ਡੰਡਾ ਦਿਖਾਈ ਦੇ ਰਿਹਾ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਹਿਮਾਚਲ ਅੰਦਰ ਕਿਤੇ ਵੀ ਚੋਣ ਪ੍ਰਚਾਰ ਕਰਦੇ ਦਿਖਾਈ ਨਹੀਂ ਦਿੱਤੇ, ਜਿੱਥੋਂ ਸਾਫ਼ ਲੱਗਦਾ ਹੈ ਕਿ ਉਹ ਆਪਣੀ ਹਿਮਾਚਲ ਦੇ ਵਿੱਚ ਹਾਰ ਮੰਨ ਚੁੱਕੇ ਨੇ। ਦੇਖੋ, ਮੈਂ ਕਈ ਦਿਨਾਂ ਤੋਂ ਹਿਮਾਚਲ ਦੇ ਵਿੱਚ ਕੈਂਪੇਨ ਕਰ ਰਿਹਾ, ਉਨਾ ਹਰੋਲੀ ਇਹ ਸਾਰੀ ਬੈਲਟ 'ਚ, ਅੱਜ ਨੈਣਾ ਦੇਵੀ ਔਰ ਨਾਲਾਗੜ੍ਹ ਵੀ ਜਾਣਾ ਹੈ। ਜਨਤਾ ਦਾ ਰਿਸਪੋਂਸ ਬਹੁਤ ਅੱਛਾ ਹੈ, ਪਿੰਡਾਂ ਦੇ ਅੰਦਰ ਵੀ, ਕਸਬਿਆਂ 'ਚ ਵੀ, ਸ਼ਹਿਰਾਂ 'ਚ ਵੀ। ਜਨਤਾ ਜੈਰਾਮ ਠਾਕੁਰ ਜੀ ਦੇ ਕੀਤੇ ਕੰਮਾਂ ਨੂੰ ਵੀ ਯਾਦ ਕਰ ਰਹੀ ਹੈ, ਜਿਸ ਪ੍ਰਕਾਰ ਬੀਜੇਪੀ ਨੇ ਵਿਕਾਸ ਕੀਤਾ ਪਿਛਲੇ 5 ਸਾਲਾਂ 'ਚ, ਉਹਨੂੰ ਵੀ ਯਾਦ ਕਰ ਰਹੀ ਹੈ। ਔਰ ਕਾਂਗਰਸ ਦੀ ਜੋ ਦੁਰਦਸ਼ਾ ਹੈ ਦੇਸ਼ 'ਚ, ਉਹ ਹਿਮਾਚਲ 'ਚ ਵੀ ਉਹੀ ਦੁਰਦਸ਼ਾ ਹੈ। ਸੋ ਜਨਤਾ ਇਸ ਵਾਰ ਰਿਵਾਜ ਬਦਲਣ ਦੇ ਮੂਡ 'ਚ ਹੈ, ਕਿਉਂਕਿ 5 ਸਾਲ ਬਾਅਦ ਸਰਕਾਰ ਬਦਲਣੀ ਨਹੀਂ ਹੈ, ਇਸ ਵਾਰ ਰਿਵਾਜ ਬਦਲਣਾ। ਮੈਨੂੰ ਪੂਰੀ ਉਮੀਦ ਹੈ ਕਿ ਬੀਜੇਪੀ ਜਿਹੜੀ ਆ ਬੜੇ ਅੱਛੇ ਬਹੁਮਤ ਦੇ ਨਾਲ ਹਿਮਾਚਲ 'ਚ ਵਾਪਸ ਆ ਰਹੀ ਹੈ। ਹਿਮਾਚਲ 'ਚ ਤਾਂ ਪੈਕਅਪ ਹੀ ਕਰ ਲਿਆ ਉਹਨਾਂ ਨੇ, ਜੋ ਮੈਂ ਘੁੰਮ ਕੇ ਆਇਆ, ਨਾ ਉਹਨਾਂ ਦੀ ਕਿਤੇ ਝੰਡਾ ਦਿਖਿਆ, ਨਾ ਡੰਡਾ ਦਿਖਿਆ, ਨਾ ਉਹਨਾਂ ਦੀ ਕੋਈ ਕੈਂਪੇਨ ਹੋ ਰਹੀ ਹੈ। ਕੇਜਰੀਵਾਲ ਸਾਹਿਬ ਨੂੰ ਵੀ ਮੈਨੂੰ ਲੱਗਦਾ ਮਹੀਨੇ ਹੀ ਹੋ ਗਏ, ਉਹ ਤਾਂ ਹਿਮਾਚਲ ਇਲੈਕਸ਼ਨ ਤਾਂ ਨਹੀਂ ਰਹੇ ਕੈਂਪੇਨ ਕਰਨ। ਇਹਦਾ ਮਤਲਬ ਉਹਨਾਂ ਨੇ ਆਪਣੀ ਹਾਰ ਹਿਮਾਚਲ 'ਚ ਮੰਨ ਲਈ ਹੋਈ ਹੈ। ਔਰ ਜਿਸ ਤਰ੍ਹਾਂ ਦੀ ਪੰਜਾਬ 'ਚ ਉਹਨਾਂ ਨੇ ਕੁਸ਼ਾਸਨ ਕੀਤਾ ਪਿਛਲੇ 6 ਮਹੀਨੇ 'ਚ, ਉਹਦੀ ਹਵਾ ਹਿਮਾਚਲ 'ਚ ਹੈ। ਇਸ ਕਰਕੇ ਉਹਨੇ ਹਿਮਾਚਲ 'ਚ ਕਿਹੜੇ ਮੂੰਹ ਨਾਲ ਝੂਠ ਬੋਲਣਗੇ, ਜਦੋਂ ਆ ਕੇ ਕਹਿਣਗੇ ਭੈਣਾਂ ਨੂੰ 1000 ਰੁਪਇਆ ਦਿਓ, ਪੁੱਛਣਗੇ ਮੇਰੀ ਸਹੇਲੀ ਜਿਹੜੀ ਰਹਿੰਦੀ ਆ ਰੋਪੜ, ਆਨੰਦਪੁਰ, ਕੀਰਤਪੁਰ, ਉਹਨੂੰ ਤਾਂ ਮਿਲੇ ਨਹੀਂ, ਮੈਨੂੰ ਕਿੱਥੋਂ ਦਿਓਗੇ? ਤਾਂ ਉਹ ਮਹਿਲਾਵਾਂ ਪੁੱਛਦੀਆਂ ਸੀ ਉਹਨੂੰ ਜਦੋਂ ਜਾਂਦਾ ਸੀ ਹਿਮਾਚਲ 'ਚ, ਵੀ ਜਿਹੜੇ ਵਾਅਦੇ ਤੁਸੀਂ ਪੰਜਾਬੀਆਂ ਨਾਲ ਕੀਤੇ, ਚਾਰੇ ਝੂਠੇ ਸਾਬਤ ਹੋਏ। ਇਸ ਕਰਕੇ ਹਿਮਾਚਲ 'ਚੋਂ ਆਮ ਆਦਮੀ ਪਾਰਟੀ ਦਾ ਪੈਕਅਪ ਹੋ ਚੁੱਕਿਆ, ਉਹ ਆ ਹੀ ਨਹੀਂ ਰਹੇ ਇੱਥੇ ਹੁਣ। ਇਹ ਅਕਾਲੀਆਂ ਤੋਂ, ਕਾਂਗਰਸੀਆਂ ਤੋਂ ਦੁਖੀ ਸੀਗੇ, ਉਹਨਾਂ ਨੇ ਉਸ ਐਂਗੁਏਜ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਨੂੰ ਵੋਟ ਦੇ ਕੇ ਕਰਤਾ, ਕਿਉਂਕਿ ਬੀਜੇਪੀ ਪੰਜਾਬ 'ਚ, ਕਿਉਂਕਿ ਛੋਟਾ ਭਾਈਵਾਲ ਸੀ, ਉਨੀ ਸਾਡੀ ਐਕਸਪੈਂਸ਼ਨ ਰੀਜ਼ਨ ਬੜਾ ਘੱਟ ਟਾਈਮ ਮਿਲਿਆ ਇਲੈਕਸ਼ਨ 'ਚ। ਹੁਣ ਜਦੋਂ ਆਮ ਆਦਮੀ ਪਾਰਟੀ ਫੇਲ ਹੋਈ ਹੈ ਤਾਂ ਪੰਜਾਬ ਦੇ ਅੰਦਰ ਇਹ ਗੱਲ ਤੁਰ ਪਈ ਹੈ, ਪਿੰਡਾਂ ਦੇ ਅੰਦਰ ਵੀ ਤੁਰੀ ਹੈ, ਕਿ ਬਈ ਅਸੀਂ ਸਾਰਿਆਂ ਨੂੰ ਦੇਖ ਲਿਆ ਇੱਕ ਵਾਰੀ, ਹੁਣ ਬੀਜੇਪੀ ਨੂੰ ਦੇਖਣਾ ਹੈ। ਕਿਉਂਕਿ ਜੋ ਦੇਖਦੇ ਨੇ ਹਰਿਆਣਾ, ਜਦੋਂ ਉਹ ਦੇਖਦੇ ਨੇ ਹਿਮਾਚਲ, ਜਦੋਂ ਉਹ ਦੇਖਦੇ ਨੇ ਉੱਤਰ ਪ੍ਰਦੇਸ਼, ਉਹ ਔਰ ਜਦੋਂ ਮੋਦੀ ਸਾਹਿਬ ਨੂੰ ਕੇਂਦਰ 'ਚ ਦੇਖਦੇ ਨੇ, ਤਾਂ ਉਹਨਾਂ ਲੱਗਦਾ ਕਿ ਬੀਜੇਪੀ ਗਵਰਨੈਂਸ ਕਰ ਸਕਦੀ ਹੈ, ਬੀਜੇਪੀ ਡਿਲੀਵਰ ਕਰਦੀ ਹੈ ਆਪਣੇ ਵਾਅਦੇ ਜੋ ਕਰਦੀ ਹੈ। ਅਤੇ ਪੰਜਾਬ ਦੇ ਲੋਕ ਵੀ ਹੁਣ ਉਤਸੁਕ ਨੇ ਬੀਜੇਪੀ 'ਚ ਆਉਣ ਲਈ, ਔਰ ਤੁਸੀਂ ਦੇਖੋ ਲਗਾਤਾਰ ਲਾਈਨਾਂ ਲੱਗੀਆਂ ਹੋਈਆਂ ਨੇ ਬੀਜੇਪੀ ਸ਼ਾਮਿਲ ਹੋਣ ਵਾਲਿਆਂ ਦੀਆਂ। ਸੋ ਮੈਨੂੰ ਲੱਗਦਾ ਕਿ ਲੋਕ ਸਭਾ 'ਚ ਵੀ ਬਹੁਤ ਅੱਛਾ ਪਰਫਾਰਮੈਂਸ ਰਹੇਗਾ, ਔਰ 2027 ਦੀਆਂ ਵਿਧਾਨ ਸਭਾ 'ਚ ਤਾਂ ਪੂਰਨ ਬਹੁਮਤ ਦੀ ਸਰਕਾਰ ਬਣੇਗੀ। ਜੇ ਆਮ ਆਦਮੀ ਪਾਰਟੀ 2027 ਤੱਕ ਚੱਲੀ ਤਾਂ ਉਸ ਦਾ ਪਹਿਲਾਂ ਇਹਨਾਂ ਦਾ ਪਟਾਕਾ ਪੈ ਜਾਵੇ। ਖੈਰ, ਹੁਣ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਆਗੂਆਂ ਦੇ ਵੱਲੋਂ ਵੱਡਾ ਦਾਅਵਾ ਠੋਕਿਆ ਜਾ ਰਿਹਾ ਕਿ ਹਿਮਾਚਲ ਦੇ ਵਿੱਚ ਮੁੜ ਭਾਜਪਾ ਦੀ ਸਰਕਾਰ ਬਣੇਗੀ। ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਨਤੀਜਿਆਂ ਦੇ ਵਿੱਚ ਆਖਰ ਹਿਮਾਚਲ ਦੇ ਵਿੱਚ ਕਿਸ ਪਾਰਟੀ ਦੀ ਸਰਕਾਰ ਬਣਦੀ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।